ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਚੈਨਲ 'ਤੇ ਤੁਹਾਡਾ ਸਵਾਗਤ ਹੈ। ਆਪਾਂ ਨੇ ਆਹ 3 ਪਿਆਜ਼ ਲੈ ਲਏ। ਪਿਆਜ਼ਾਂ ਨੂੰ ਆਪਾਂ ਛਿੱਲ ਲੈਂਦੇ ਹਾਂ ਚੰਗੀ ਤਰ੍ਹਾਂ, ਲਾ ਦਿੰਦੇ ਹਾਂ ਛਿਲਕਾ। ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ, ਕਮੈਂਟ ਕਰਿਆ ਕਰੋ, ਸ਼ੇਅਰ ਕਰਿਆ ਕਰੋ। ਲਓ ਜੀ, ਆਪਾਂ ਇੱਦਾਂ ਹੀ ਸਾਰੇ ਪਿਆਜ਼ਾਂ ਨੂੰ ਛਿੱਲ ਲੈਂਦੇ ਹਾਂ। ਗਰਮੀ ਬਹੁਤ ਪੈਣ ਲੱਗ ਗਈ, ਪਿਛਲੇ ਸਾਲ ਨਹੀਂ ਐਡੀ ਛੇਤੀ ਗਰਮੀ ਸ਼ੁਰੂ ਹੋਈ ਸੀ ਜਿੰਨੀ ਛੇਤੀ ਐਤਕੀ ਸ਼ੁਰੂ ਹੋ ਗਈ। ਪਿਛਲੇ ਸਾਲ ਮੀਂਹ ਵੱਧ ਪੈਂਦੇ ਇੱਥੇ। ਚਲੋ ਜੀ, ਆਪਾਂ ਪਿਆਜ਼ਾਂ ਨੂੰ ਛਿੱਲ ਕੇ ਇਹਨਾਂ ਨੂੰ ਧੋ ਲੈਂਦੇ ਹਾਂ। ਲਓ ਜੀ, ਪਿਆਜ਼ ਆਪਾਂ ਨੇ ਛਿੱਲ ਲਏ, ਛਿੱਲ ਕੇ ਧੋ ਲਏ। ਹੁਣ ਇਹਦੇ ਆਪਾਂ ਆਹ ਵਿੱਚੋਂ ਕੱਢ ਦੇਵਾਂਗੇ, ਇਹਨਾਂ ਨੂੰ ਆਪਾਂ ਕੱਟ ਲੈਂਦੇ ਹਾਂ ਪਿਆਜ਼ਾਂ ਨੂੰ। ਜਿਹੜਾ ਆਪਾਂ ਨੂੰ ਖਰਾਬ ਜਿਹਾ ਲੱਗੂ ਉਹ ਵਿੱਚੋਂ ਕੱਢ ਦਾਂਗੇ ਬਾਹਰ, ਬਾਕੀ ਵਧੀਆ ਵਧੀਆ ਪਿਆਜ਼ ਆਪਾਂ ਨੇ ਪਾ ਲੈਣਾ। ਵਿੱਚੋਂ ਤਾਂ ਬਹੁਤ ਸੋਹਣੇ, ਬਾਹਰੋਂ ਇੰਨੇ ਸੋਹਣੇ ਲੱਗਦੇ ਨੇ ਜੀ, ਵਿੱਚੋਂ ਥੋੜ੍ਹਾ ਜਿਹਾ ਸੁੱਕਿਆ ਜਿਹਾ ਨਿਕਲਦਾ। ਊਂ ਮਿੱਠੇ ਨੇ ਪਿਆਜ਼, ਵਧੀਆ ਨੇ, ਨਾ ਬਹੁਤੇ ਵੱਡੇ ਕੱਟਾਂਗੇ ਅਤੇ ਨਾ ਬਹੁਤੇ ਛੋਟੇ। ਅਤੇ ਸਾਡੀ ਮਾਂ ਪੁੱਤਾਂ ਦੀ ਫੇਵਰੇਟ ਚਟਨੀ ਬਣਾਉਣੀ ਅੱਜ ਆਪਾਂ। ਇੱਦਾਂ ਬਰੀਕ ਬਰੀਕ ਪੀਸ ਆਪਾਂ ਕੱਟ ਲਵਾਂਗੇ ਜੀ, ਕਿਉਂਕਿ ਜੇ ਜ਼ਿਆਦਾ ਵੱਡੇ ਕੱਟਦੇ ਹਾਂ ਫਿਰ ਉਹ ਛੇਤੀ ਬਰੀਕ ਵੀ ਨਹੀਂ ਹੁੰਦੇ, ਬਾਹਰ ਵੀ ਜ਼ਿਆਦਾ ਤਿੜਕੀ ਜਾਂਦੇ ਨੇ। ਲਓ ਜੀ, ਉਹਨਾਂ ਪਿਆਜ਼ਾਂ ਨੂੰ ਆਪਾਂ ਪਲੇਟ 'ਚ ਕੱਢ ਲੈਂਦੇ ਹਾਂ। ਐਵੇਂ ਦੇ ਕੱਟ ਲਏ, ਨਾ ਬਹੁਤੇ ਵੱਡੇ ਅਤੇ ਨਾ ਬਹੁਤੇ ਛੋਟੇ। ਆਪਾਂ ਨੇ ਹਰੀਆਂ ਮਿਰਚਾਂ ਲੈ ਲਈਆਂ, ਇਹਦੀਆਂ ਵੀ ਡੰਡੀਆਂ ਤੋੜ ਕੇ ਕੁੰਡੇ ਦੇ ਵਿੱਚ ਪਾ ਲੈਂਦੇ ਹਾਂ। ਫਰੈਸ ਮਿਰਚਾਂ ਨੇ ਜੀ, ਤਾਜ਼ੀਆਂ ਮਿਰਚਾਂ ਤੋੜ ਕੇ ਲਿਆਉਂਦੀਆਂ ਨੇ। ਹੁਣ ਇਹਦੇ ਵਿੱਚ ਆਪਾਂ ਥੋੜ੍ਹਾ ਜਿਹਾ ਨਮਕ ਐਡ ਕਰ ਲੈਂਦੇ ਹਾਂ। ਹੁਣ ਇਹਨਾਂ ਨੂੰ ਮਿਰਚਾਂ ਨੂੰ ਆਪਾਂ ਬਰੀਕ ਕਰ ਲਵਾਂਗੇ, ਚੰਗੀ ਤਰ੍ਹਾਂ ਕੁੱਟ ਲਵਾਂਗੇ। ਉੱਨੀ ਦੇਰ ਤੱਕ ਕੁੱਟਦੇ ਰਹਾਂਗੇ ਜਿੰਨੀ ਦੇਰ ਤੱਕ ਆਪਣੀਆਂ ਮਿਰਚਾਂ ਬਰੀਕ ਨਹੀਂ ਹੋ ਜਾਂਦੀਆਂ। ਕਿਉਂਕਿ ਨੂਣ ਪਾਇਆ ਤਾਂ ਨੂਣ ਆਪਾਂ ਇਸ ਲਈ ਪਾ ਲਿਆ ਜੀ, ਨੂਣ ਨਾਲ ਛੇਤੀ ਬਰੀਕ ਹੋ ਜਾਂਦੀਆਂ ਨੇ। ਜਿਹੜੇ
ਸੱਠ ਜੇ ਰਹਿ ਗਏ ਆਪਾਂ ਇੱਦਾਂ ਬਰੀਕ ਕਰ ਲਵਾਂਗੇ। ਮਿਰਚਾਂ ਆਪਣੀਆਂ ਚੰਗੀ ਤਰ੍ਹਾਂ ਬਰੀਕ ਹੋ ਗਈਆਂ ਜੀ। ਹੁਣ ਆਪਾਂ ਇਹਦੇ ਵਿੱਚ ਪਿਆਜ਼ ਐਡ ਕਰ ਲੈਂਦੇ ਹਾਂ। ਥੋੜ੍ਹੇ ਜਿਹੇ ਪਿਆਜ਼ ਪਾਵਾਂਗੇ, ਇਹਨਾਂ ਨੂੰ ਆਪਾਂ ਬਰੀਕ ਕਰ ਲੈਂਦੇ ਹਾਂ, ਕਿਉਂਕਿ ਜੇ ਜ਼ਿਆਦਾ ਪਾ ਲਏ ਤਾਂ ਬਾਹਰ ਨੂੰ ਤਿੜਕਣਗੇ। ਪੋਲੇ ਪੋਲੇ ਹੱਥਾਂ ਨਾਲ ਕੁੱਟ ਲੈਂਦੇ ਹਾਂ, ਬਹੁਤੀ ਦੱਬ ਕੇ ਨਹੀਂ ਮਾਰਾਂਗੇ। ਇਹਨਾਂ ਨੂੰ ਅੱਧ ਦਾ ਰੱਜੇ ਕਰਕੇ ਫਿਰ ਆਪਾਂ ਵਿੱਚ ਦੂਜੇ ਪਿਆਜ਼ ਪਾ ਲੈਂਦੇ ਹਾਂ। ਲਓ ਜੀ, ਹੁਣ ਜਿਹੜੇ ਪਿਆਜ਼ ਬਚ ਗਏ ਤੇ ਆਪਾਂ ਉਹਨਾਂ ਨੂੰ ਵਿੱਚੇ ਪਾ ਲੈਂਦੇ ਹਾਂ, ਕਿਉਂਕਿ ਇਹ ਕੁੱਟੇ ਗਏ। ਹੁਣ ਜਿਹੜੇ ਹੋਰ ਪਿਆਜ਼ ਤੇ ਉਹਨਾਂ ਨੂੰ ਵੀ ਆਪਾਂ ਵਿੱਚੇ ਪਾ ਲੈਂਦੇ। ਹੁਣ ਇਹਨੂੰ ਆਪਾਂ ਉੱਨੀ ਦੇਰ ਤੱਕ ਕੁੱਟਦੇ ਰਹਾਂਗੇ ਜਿੰਨੀ ਦੇਰ ਤੱਕ ਆਪਣੀ ਚਟਨੀ ਬਰੀਕ ਨਹੀਂ ਹੋ ਜਾਂਦੀ, ਕਿਉਂਕਿ ਬਹੁਤੀ ਜੇ ਆਪਾਂ ਮਿਕਸੀ 'ਚ ਕੁੱਟਦੇ ਹਾਂ ਜ਼ਿਆਦਾ ਪਾਣੀ ਜਾਂ ਛੱਡ ਦਿੰਦੀ, ਇਸ ਲਈ ਆਪਾਂ ਕੁੰਡੇ 'ਚ ਚਟਨੀ ਬਹੁਤ ਟੇਸਟੀ ਬਣਦੀ ਆ। ਕੁੰਡੇ ਦੀ ਚਟਨੀ ਦੀ ਰੀਸ ਮਿਕਸੀ ਵਾਲੀ ਨਹੀਂ ਕਰ ਸਕਦੀ, ਉਹ ਤਾਂ ਇੱਕ ਆਪਾਂ ਛੇਤੀ ਦੇ ਮਾਰੇ ਕਰ ਲੈਂਦੇ ਹਾਂ, ਚੱਲ ਛੇਤੀ ਕੰਮ ਨਿਬੜ ਜੂ। ਚਲੋ ਜੀ, ਆਪਾਂ ਚਟਨੀ ਨੂੰ ਬਰੀਕ ਹੋਏ ਤੋਂ ਫਿਰ ਮਿਲਦੇ ਹਾਂ। ਲਓ ਜੀ, ਚਟਨੀ ਆਪਣੀ ਦੇਖੋ ਬਰੀਕ ਹੋ ਗਈ, 5-6 ਮਿੰਟ ਹੋ ਗਏ ਇਹਨੂੰ ਕੁੱਟਦਿਆਂ ਨੂੰ। ਆਪਾਂ ਨੂੰ ਬਹੁਤੀ ਬਰੀਕ ਨਹੀਂ ਕਰਦੇ ਜੀ, ਕਿਉਂਕਿ ਇਹ ਥੋੜ੍ਹਾ ਜਿਹੀ ਵਿੱਚ ਪੱਤ ਜਿਹਾ ਗੱਠੇ ਦਾ ਹੋਵੇ ਤਾਂ ਫਿਰ ਇਹ ਵਧੀਆ ਲੱਗਦੀ ਆ। ਹੁਣ ਆਪਾਂ ਇਹਨੂੰ ਕੌਲੀ 'ਚ ਪਾ ਲੈਂਦੇ ਹਾਂ। ਨਹੀਂ ਪਾਈ, ਸਿਰਫ ਇਕੱਲੀਆਂ ਹਰੀਆਂ ਮਿਰਚਾਂ ਨੇ, ਲਾਲ ਮਿਰਚ ਪਾ ਕੇ ਅੰਬ ਦੀ ਫਾੜੀ ਪਾ ਕੇ ਉਹ ਖੱਟਾ ਉਹ ਵੀ ਵਧੀਆ ਲੱਗਦੀ ਹੈ ਟੇਸਟੀ, ਪਰ ਆਪਾਂ ਅੱਜ ਹਰੀਆਂ ਮਿਰਚਾਂ ਦੀ ਬਣਾ ਰਹੇ ਹਾਂ। ਹੁਣ ਆਪਾਂ ਇਹਨੂੰ ਕੌਲੀ ਦੇ ਵਿੱਚ ਪਾ ਲੈਂਦੇ ਹਾਂ। ਲਓ ਜੀ, ਚਟਨੀ ਆਪਾਂ ਨੇ ਕੌਲੀ ਦੇ ਵਿੱਚ ਪਾ ਲਈ, ਹੁਣ ਆਪਾਂ ਚੱਲਦੇ ਹਾਂ ਗੈਸ ਵੱਲ ਨੂੰ। ਲਓ ਜੀ, ਆਪਾਂ ਗੈਸ ਬਾਲਦੇ ਹਾਂ, ਉੱਪਰ ਤਵਾ ਧਰ ਲੈਂਦੇ ਹਾਂ, ਤਵੇ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਂਦੇ ਹਾਂ। ਲਓ ਜੀ, ਤਵਾ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ। ਹੁਣ ਇਹਦੇ ਵਿੱਚ ਆਪਾਂ ਪਾ ਲੈਂਦੇ ਹਾਂ ਸਰਸੋਂ ਦਾ ਤੇਲ, ਕਿਉਂਕਿ ਤੇਲ ਨਾਲੇ ਵਧੀਆ ਬਣਦੀ ਹੈ ਜੀ, ਘਿਓ ਦਾ ਉਹ ਟੈਸਟ ਨਹੀਂ ਆਉਂਦਾ, ਭਾਵੇਂ ਦੇਸੀ ਪਾ ਲਈਏ ਭਾਵੇਂ ਫਾਰਮ ਪਾ ਲਈਏ, ਤੇਲ ਨਾਲ ਕਰਾਰੀ ਬਣ ਜਾਂਦੇ। ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਂਦੇ ਹਾਂ, ਕਾਢ ਲੈਂਦੇ ਹਾਂ। ਲਓ ਜੀ, ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ। ਹੁਣ ਜਿਹੜੀ ਆਪਾਂ ਚਟਨੀ ਕੁੱਟ ਕੇ ਰੱਖੀ ਤੀ ਇਹਨੂੰ ਤੇਲ ਦੇ ਵਿੱਚ ਪਾ ਦਿੰਦੇ ਹਾਂ। ਹੁਣ ਇਹਨੂੰ ਚਮਚੇ ਦੇ ਨਾਲ ਇੱਦਾਂ ਮਿਕਸ ਕਰ ਦਿੰਦੇ ਹਾਂ। ਇਹਨੂੰ 1-2 ਮਿੰਟ ਲਈ ਭੁੰਨਾਂਗੇ ਜੀ, ਜਿੰਨੀ ਦੇਰ ਤੱਕ ਪਿਆਜ਼ਾਂ ਦਾ ਪਾਣੀ ਜਾਂ ਨਹੀਂ ਮੱਚ ਜਾਂਦਾ ਉੱਨੀ ਦੇਰ ਤੱਕ ਆਪਾਂ ਚਟਨੀ ਨੂੰ ਭੁੰਨਾਂਗੇ। ਚਮਚਾ ਫੇਰ ਫੇਰ ਕੇ ਲਓ ਜੀ, ਦੇਖੋ ਚਟਨੀ ਨੂੰ ਆਪਾਂ ਨੇ ਭੁੰਨਦੀ ਨੂੰ 2-3 ਮਿੰਟ ਹੋ ਗਏ। ਹੁਣ ਇਹ ਤਵੇ ਦੇ ਇੱਦਾਂ ਹੇਠਾਂ ਨਾਲ ਲੱਗਣ ਲੱਗ ਗਈ, ਥੋੜ੍ਹੀ ਜਿਹੀ ਆਪਾਂ ਹੋਰ ਭੁੰਨ ਲੈਂਦੇ ਹਾਂ। ਦੇਖੋ ਪਾਣੀ ਸਾਰਾ
ਬਚ ਗਿਆ ਵਿੱਚ। ਹੁਣ ਆਪਾਂ ਗੈਸ ਘਟਾ ਦਿੰਦੇ ਹਾਂ, ਥੋੜ੍ਹੀ ਜਿਹੀ ਹੋਰ ਭੁੰਨਾਂਗੇ। ਇਹ ਮੇਰੀ ਅਤੇ ਮੇਰੇ ਬੇਟੇ ਦੀ ਫੇਵਰੇਟ ਚਟਣੀ, ਤੁਸੀਂ ਵੀ ਦੱਸਿਓ ਵੀ ਇੱਦਾਂ ਕੌਣ ਕੌਣ ਬਣਾਉਂਦਾ। ਕੱਚੀ ਲੱਸੀ ਦੇ ਨਾਲ ਬਹੁਤ ਟੇਸਟੀ ਲੱਗਦੀ ਹੈ ਜੀ। ਜੇ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ, ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।